ਮੈਂ ਬਲਵਿੰਦਰ ਸਿੰਘ ਮਾਹਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ। ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ, ਚਲੋ ਧੰਨਵਾਦ ਕਰਦੇ ਹਾਂ, ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ। ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ, DAP ਦੀਆਂ ਕੀਮਤਾਂ ਕਿੱਥੇ ਚਲ ਗਈਆਂ, ਲੇਬਰਾਂ ਕਿੰਨੀਆਂ, ਕਿਸਾਨ ਨੂੰ ਕੁਝ ਨਹੀਂ ਬਚ ਰਿਹਾ। ਸਰਵੇ ਕਰਕੇ ਫਿਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ। ਆਹ ਜਿਹੜੇ ਕਿਸਾਨ ਆ, ਝੋਨੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ, ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ, ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਾਣ। ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ, ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾ ਕੇ। ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ, ਦਾਲਾਂ ਦੇ, ਸਬਜ਼ੀਆਂ ਦੇ, ਹੋਰ ਇਹਨਾਂ ਤੇ MSP ਦਿਓਗੇ, ਤੇ ਜਿਹੜੇ ਲੋਕ ਆ ਝੋਨੇ ਦਾ ਖਹਿੜਾ ਛੱਡ ਜਾਣਗੇ। ਵਧੀਆ ਗੱਲ ਹੈ ਜੇ ਰੇਟ ਵਧਾਇਆ, ਪਰ ਹੋਰ ਰੇਟ, ਇੰਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਜੀ। ਧੰਨਵਾਦ। ਕਹਿੰਦੇ ਵੀ ਪੰਜਾਬ ਦੇ ਵਿੱਚ, ਪੂਰੇ ਭਾਰਤ 'ਚ ਸਭ ਤੋਂ ਵੱਧ ਗੰਨੇ ਦੀ ਫਸਲ ਦਾ ਜਿਹੜਾ ਰੇਟ ਹੈ, ਹੋ ਸਕਦਾ ਜੀ, ਇੱਥੋਂ ਡਾਟਾ ਤਾਂ ਨਹੀਂ ਮੇਰੇ ਤੋਂ ਆਇਆ, ਹੋ ਸਕਦਾ ਵਧੀਆ ਰੇਟ ਹੈ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ, ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ। ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵੱਧਦੇ ਨੇ, ਤੇ ਸਾਨੂੰ 5-10 ਰੁਪਏ ਵਾਧਾ ਦਿੱਤਾ ਜਾਂਦਾ ਨਾ, ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਣ, ਤੇ ਸਾਡਾ 19%, 20% ਰੇਟ ਵਧੇ, ਇਸ ਨਾਲ ਮੇਲ ਨਹੀਂ ਨਾ ਖਾਂਦਾ। ਉਹਦੇ ਬਰਾਬਰ ਰੇਟ ਵਧਾਏ ਜਾਣ, ਜਿਹੜੇ ਲੋਕ ਆ ਇਹੋ ਜਿਹੀਆਂ ਫਸਲਾਂ, ਗੰਨੇ ਵਰਗੀ ਹੋਰ ਖੇਤੀਆਂ ਕਰ ਸਕਣ ਜੀ। ਮੈਂ ਬਲਵਿੰਦਰ ਸਿੰਘ ਮਾਹਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ। ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ, ਚਲੋ ਧੰਨਵਾਦ ਕਰਦੇ ਹਾਂ, ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ। ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ, DAP ਦੀਆਂ ਕੀਮਤਾਂ ਕਿੱਥੇ ਚਲ ਗਈਆਂ, ਲੇਬਰਾਂ ਕਿੰਨੀਆਂ, ਕਿਸਾਨ ਨੂੰ ਕੁਝ ਨਹੀਂ ਬਚ ਰਿਹਾ। ਸਰਵੇ ਕਰਕੇ ਫਿਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ। ਆਹ ਜਿਹੜੇ ਕਿਸਾਨ ਆ, ਝੋਨੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ, ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ, ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਾਣ। ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ, ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾ ਕੇ। ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ, ਦਾਲਾਂ ਦੇ, ਸਬਜ਼ੀਆਂ ਦੇ, ਹੋਰ ਇਹਨਾਂ ਤੇ MSP ਦਿਓਗੇ, ਤੇ ਜਿਹੜੇ ਲੋਕ ਆ ਝੋਨੇ ਦਾ ਖਹਿੜਾ ਛੱਡ ਜਾਣਗੇ। ਵਧੀਆ ਗੱਲ ਹੈ ਜੇ ਰੇਟ ਵਧਾਇਆ, ਪਰ ਹੋਰ ਰੇਟ, ਇੰਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਜੀ। ਧੰਨਵਾਦ। ਕਹਿੰਦੇ ਵੀ ਪੰਜਾਬ ਦੇ ਵਿੱਚ, ਪੂਰੇ ਭਾਰਤ 'ਚ ਸਭ ਤੋਂ ਵੱਧ ਗੰਨੇ ਦੀ ਫਸਲ ਦਾ ਜਿਹੜਾ ਰੇਟ ਹੈ, ਹੋ ਸਕਦਾ ਜੀ, ਇੱਥੋਂ ਡਾਟਾ ਤਾਂ ਨਹੀਂ ਮੇਰੇ ਤੋਂ ਆਇਆ, ਹੋ ਸਕਦਾ ਵਧੀਆ ਰੇਟ ਹੈ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ, ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ। ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵੱਧਦੇ ਨੇ, ਤੇ ਸਾਨੂੰ 5-10 ਰੁਪਏ ਵਾਧਾ ਦਿੱਤਾ ਜਾਂਦਾ ਨਾ, ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਣ, ਤੇ ਸਾਡਾ 19%, 20% ਰੇਟ ਵਧੇ, ਇਸ ਨਾਲ ਮੇਲ ਨਹੀਂ ਨਾ ਖਾਂਦਾ। ਉਹਦੇ ਬਰਾਬਰ ਰੇਟ ਵਧਾਏ ਜਾਣ, ਜਿਹੜੇ ਲੋਕ ਆ ਇਹੋ ਜਿਹੀਆਂ ਫਸਲਾਂ, ਗੰਨੇ ਵਰਗੀ ਹੋਰ ਖੇਤੀਆਂ ਕਰ ਸਕਣ ਜੀ। ਮੈਂ ਬਲਵਿੰਦਰ ਸਿੰਘ ਮਾਹਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਗੂ। ਜਿਹੜਾ ਰੇਟ ਵਧਾਇਆ ਮਾਨ ਸਰਕਾਰ ਨੇ, ਚਲੋ ਧੰਨਵਾਦ ਕਰਦੇ ਹਾਂ, ਪਰ ਉਹਨਾਂ ਰੇਟ ਲਾਗਤ ਖਰਚਿਆਂ ਦਾ ਰੇਟ ਬਹੁਤ ਜ਼ਿਆਦਾ ਵਧਿਆ। ਡੀਜ਼ਲ ਦੀਆਂ ਕੀਮਤਾਂ ਕਿੱਥੇ ਚਲ ਗਈਆਂ, DAP ਦੀਆਂ ਕੀਮਤਾਂ ਕਿੱਥੇ ਚਲ ਗਈਆਂ, ਲੇਬਰਾਂ ਕਿੰਨੀਆਂ, ਕਿਸਾਨ ਨੂੰ ਕੁਝ ਨਹੀਂ ਬਚ ਰਿਹਾ। ਸਰਵੇ ਕਰਕੇ ਫਿਰ ਇਹਨਾਂ ਦਾ ਚੀਜ਼ਾਂ ਦਾ ਰੇਟ ਵਧਾਓ ਮਾਨ ਸਾਹਿਬ। ਆਹ ਜਿਹੜੇ ਕਿਸਾਨ ਆ, ਝੋਨੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ, ਇਹਨਾਂ ਚੀਜ਼ਾਂ ਦੇ ਚੰਗਾ ਭਾਅ ਦਿਓ, ਲੋਕ ਝੋਨੇ ਦੀ ਫਸਲ ਛੱਡ ਕੇ ਇਹਨਾਂ ਚੀਜ਼ਾਂ ਨਾਲ ਰਿਵਾਈਵ ਹੋ ਜਾਣ। ਮੈਂ ਇਹ ਕਿਸਾਨ ਨੂੰ ਬਦਨਾਮ ਕੀਤਾ ਜਾਂਦਾ, ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤੇ ਇਹਨੇ ਧਰਤੀ ਦਾ ਪਾਣੀ ਖਤਮ ਕਰਤਾ ਝੋਨਾ ਲਾ ਲਾ ਕੇ। ਜਦੋਂ ਤੁਸੀਂ ਇਹਨਾਂ ਚੀਜ਼ਾਂ ਦੇ ਭਾਅ ਵਧਾਓਗੇ, ਦਾਲਾਂ ਦੇ, ਸਬਜ਼ੀਆਂ ਦੇ, ਹੋਰ ਇਹਨਾਂ ਤੇ MSP ਦਿਓਗੇ, ਤੇ ਜਿਹੜੇ ਲੋਕ ਆ ਝੋਨੇ ਦਾ ਖਹਿੜਾ ਛੱਡ ਜਾਣਗੇ। ਵਧੀਆ ਗੱਲ ਹੈ ਜੇ ਰੇਟ ਵਧਾਇਆ, ਪਰ ਹੋਰ ਰੇਟ, ਇੰਨੇ ਰੇਟ ਨਾ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋਣ ਵਾਲਾ ਜੀ। ਧੰਨਵਾਦ। ਕਹਿੰਦੇ ਵੀ ਪੰਜਾਬ ਦੇ ਵਿੱਚ, ਪੂਰੇ ਭਾਰਤ 'ਚ ਸਭ ਤੋਂ ਵੱਧ ਗੰਨੇ ਦੀ ਫਸਲ ਦਾ ਜਿਹੜਾ ਰੇਟ ਹੈ,
ਹੋ ਸਕਦਾ ਜੀ ਇੱਥੋਂ ਡਾਟਾ ਤਾਂ ਨਹੀਂ ਮੇਰੇ ਤੋਂ, ਹੋ ਸਕਦਾ ਵਧੀਆ ਰੇਟ ਆ ਜੇ ਸਾਰੇ ਭਾਰਤ ਨਾਲੋਂ ਪੰਜਾਬ ਦਾ, ਪਰ ਇਹਨਾਂ ਦੇ ਕਿਸਾਨ ਦਾ ਗੁਜ਼ਾਰਾ ਨਹੀਂ ਨਾ ਹੁੰਦਾ, ਜਿਹੜੇ ਦੂਜੀਆਂ ਚੀਜ਼ਾਂ ਦੇ ਭਾਅ ਆ ਉਹ ਕਈ ਗੁਣਾ ਜ਼ਿਆਦਾ ਵੱਧਦੇ ਨੇ, ਤੇ ਸਾਨੂੰ 5-10 ਰੁਪਏ ਵਾਧਾ ਦਿੱਤਾ ਜਾਂਦਾ ਨਾ, ਜਿਹੜੇ ਦੂਜੀਆਂ ਉਹਨਾਂ ਦੇ 250 ਗੁਣਾ ਰੇਟ ਵਧਣ ਤੇ ਸਾਡਾ 19%-20% ਰੇਟ ਵਧੇ, ਇਸ ਨਾਲ ਮੇਲ ਨਹੀਂ ਨਾ ਖਾਂਦਾ, ਉਹਦੇ ਬਰਾਬਰ ਰੇਟ ਵਧਾਏ ਜਾਣ, ਜਿਹੜੇ ਲੋਕ ਆ ਇਹੋ ਜਿਹੀਆਂ ਫਸਲਾਂ ਗੰਨੇ ਵਰਗੀ ਹੋਰ ਖੇਤੀਆਂ ਕਰ ਸਕਣ ਜੀ।